ਇਮੋਸ਼ਨਲੀ ਲੋਕਾਂ ਨੂੰ ਅਟੈਕ ਕਰ ਰਹੇ ਸੀ ਤੁਸੀਂ? ਦੇਖ ਵੀਰੇ, ਮੈਂ ਸਹੀ ਦੱਸਾਂ, ਮੇਰੇ ਆਪ ਕੱਢਾਂ ਆਪ RPA ਹੈ ਜਿਹੜੇ ਪੰਜਾਬ ਦਾ ਪਹਿਲਾ ਇਸ ਤਰ੍ਹਾਂ ਦਾ ਐਫੀਡੈਵਿਟ ਹੋਊਗਾ ਜਿਹੜਾ ਕਿ ਆਮ ਘਰਾਂ ਦੇ ਧੀਆਂ ਪੁੱਤਾਂ ਵਾਸਤੇ ਦਰਵਾਜ਼ੇ ਖੁੱਲੂਗਾ ਵਿਧਾਨ ਸਭਾ ਦੇ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਅਤੇ ਹਰ ਸਿਆਸੀ ਪਾਰਟੀ ਆਪੋ ਆਪਣੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰ ਰਹੀ ਹੈ। ਇਸ ਵਕਤ ਅਸੀਂ ਗਿੱਦੜਬਾਹਾ ਸੀਟ ਦੇ ਵਿੱਚ ਗੱਲਬਾਤ ਕਰਾਂਗੇ ਉੱਥੋਂ ਦੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਗੁਰਪ੍ਰੀਤ ਕੋਟਲੀ ਨੇ, ਜਿਹੜੇ ਸੋਸ਼ਲ ਮੀਡੀਆ 'ਤੇ ਸਰਗਰਮ ਸੀ ਅਤੇ ਹੁਣ ਸਿਆਸਤ ਵਿੱਚ ਨਿਤਰੇ ਨੇ। ਗੁਰਪ੍ਰੀਤ, ਕਿਵੇਂ ਆ ਮਾਹੌਲ? ਸਾਰਾ ਲੋਕਾਂ ਦੇ ਵਿੱਚ ਪਹੁੰਚ ਰਹੇ ਹੋ, ਗੱਲਬਾਤ ਕਰ ਰਹੇ ਹੋ, ਕੀ ਰਿਸਪੋਂਸ ਮਿਲ ਰਿਹਾ ਸਾਰਾ? ਦੇਖੋ, ਜਿਵੇਂ ਬਹੁਤ ਜ਼ਿਆਦਾ ਰਾਜਨੀਤਿਕ ਲੋਕਾਂ ਨੇ ਫਾਹੜ ਆਈ ਵੀ ਸੀ ਵੀ ਲੋਕ ਜਿਹੜੇ ਹੈਗਾ ਦਿੱਲੀ ਮੋਰਚਾ ਭੁੱਲ ਗਏ ਆ ਅਤੇ ਲੋਕ ਸਿਆਸੀ ਪਾਰਟੀਆਂ ਦੀਆਂ ਜਿਹੜੀਆਂ ਝੋਲਣ 'ਚ ਬੈਠੇ ਇਹੋ ਜਿਹਾ ਕੁਝ ਨਹੀਂ ਗਾ। ਹਾਂ, ਜਿਹੜਾ ਆਪਾਂ ਕਹੀਏ 10-15% ਹੋ ਸਕਦਾ, ਪਰ 80-85% ਲੋਕਾਂ ਨੂੰ ਹਜੇ ਵੀ ਯਾਦ ਆ ਕਿ ਸਾਨੂੰ ਜਿਹੜਿਆਂ ਨੇ ਦਿੱਲੀ ਨੇ ਸੜਕਾਂ 'ਤੇ ਰੋਲਿਆ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਐਤਕੀ ਮੂੰਹ ਨਹੀਂ ਲਾਉਣਾ। ਇੱਕ ਸਮਾਂ ਸੀ ਜਦੋਂ ਗੁਰਪ੍ਰੀਤ ਕੋਟਲੀ ਸੋਸ਼ਲ ਮੀਡੀਆ 'ਤੇ ਸਰਗਰਮ ਸੀ ਅਤੇ ਇਹ ਕਹਿੰਦਾ ਹੁੰਦਾ ਸੀਗਾ ਕਿ ਸਿਆਸਤ ਵਿੱਚ ਨਾ ਆਓ, ਅਤੇ ਹੁਣ ਗੁਰਪ੍ਰੀਤ ਖੁਦ ਸਿਆਸਤ ਵਿੱਚ ਆਇਆ, ਕਿੰਨਾ ਕੁ ਬਦਲਾਅ ਦੇਖਣਾ ਚਾਹੋਗੇ ਜਾਂ ਕੀ ਕਰਨਾ ਚਾਹੋਗੇ ਵੀ ਮੈਂ ਸਿਆਸਤ ਵਿੱਚ ਤਾਂ ਆ ਗਿਆ ਭਾਈ, ਹੁਣ ਮੈਂ ਆਹ ਕੁਛ ਕਰ ਦੂੰਗਾ? ਸਿਆਸਤ ਦੇ ਵਿੱਚ ਨਾ ਆਉਣ ਦਾ ਤਾਂ ਨਹੀਂ ਕਿਆ ਹੋਣਾ, ਮੈਂ ਇਹ ਕਹਿਣਾ ਵੀ ਜਿਹੜੇ ਗੰਦੇ ਸਿਆਸਤਦਾਨ ਆ, ਖਾਸ ਕਰਕੇ ਜਿਨ੍ਹਾਂ ਨੇ ਸਾਨੂੰ ਇੱਥੇ ਭਾਇਆ ਭਾਈ, ਉਹਨਾਂ ਦਾ ਜ਼ਰੂਰ ਵਿਰੋਧ ਆ ਸਾਡਾ, ਹੈ ਨਾ? ਦੂਜੀ ਗੱਲ ਆ ਵੀ ਕੀ ਕਰਨਾ ਚਾਹੋਗੇ, ਜਿਵੇਂ ਤੁਸੀਂ ਦੇਖਿਆ ਅਸੀਂ ਜਿਹੜਾ ਹੈਗਾ ਚਿੱਟਾ ਆਪਦੇ ਪਿੰਡੋਂ ਖਤਮ ਕੀਤਾ, ਉਸ ਤੋਂ ਬਾਅਦ ਚੌਂਕੇ ਲਗਾਤਾਰ ਜਿਹੜਾ ਕਬੱਡੀ ਕੋਚ ਨੂੰ ਸਾਫ਼ ਦਵਾਇਆ, ਚੌਂਕੇ ਦੇ ਵਿੱਚ ਆਪਾਂ ਚਿੱਟੇ ਵਿਰੁੱਧ ਲੜੇ ਹਾਂ, ਪੂਰੇ ਪੰਜਾਬ ਦੇ ਵਿੱਚ ਅਸੀਂ ਚਿੱਟੇ ਦੇ ਵਿਰੁੱਧ ਲੜਨਾ ਚਾਹੁੰਦੇ ਹਾਂ ਕਿਉਂਕਿ ਪਹਿਲਾਂ ਗਿੱਦੜਬਾਹਾ 'ਚ ਲੜੇ ਹਾਂ। ਤੁਹਾਡਾ ਪਹਿਲਾ ਪਿੰਡ ਸੀਗਾ ਜਦੋਂ ਮੈਂ ਤੁਹਾਡੀ ਇੰਟਰਵਿਊ ਕੀਤੀ ਸੀ? ਉਹੀ ਗੱਲ ਆ, ਅਸੀਂ ਖਾਸ ਕਰਕੇ ਅਸੀਂ ਚਿੱਟਾ ਖਤਮ ਕਰਨਾ ਚਾਹੁੰਦੇ ਹਾਂ। ਦੂਸਰਾ, ਜਿਹੜਾ ਇੱਕ ਇਲੈਕਸ਼ਨ ਸਸਤਾ ਕਰਨਾ ਚਾਹੁੰਦਾ, ਜਿਸ ਤਰ੍ਹਾਂ ਯਾਰ ਮੈਂ ਇਲੈਕਸ਼ਨ ਲੜ ਰਿਹਾ ਇਹ ਤਾਂ ਆਪਾਂ ਕਹਿੰਦੇ ਟਰੈਕਟਰ 'ਤੇ, ਹੈ ਨਾ? ਟਰੈਕਟਰ ਹੁਣ ਯਾਰ ਆਪਾਂ ਨੂੰ ਪਤਾ, ਜਿਹੜੇ ਬੰਦੇ ਖੇਤੀ ਕਰਦੇ ਉਹਨੂੰ ਪਤਾ ਕਿ ਜੇ 4-5 ਘੰਟੇ 4-5 ਲੀਟਰ ਨਾਲ ਸਾਰਾ ਦਿਨ ਚੱਲੀ ਜਾਂਦਾ ਟਰੈਕਟਰ, ਮਤਲਬ ਆਪਾਂ ਕਹਿੰਦੇ 500-600 ਰੁਪਇਆ ਖਰਚਾ, ਅਤੇ ਮੰਨ ਲਓ ਜੇ 30 ਦਿਨ ਲੱਗਿਆ ਵੀ ਰਹੂਗਾ ਵੀ 15,000 ਰੁਪਏ ਖਰਚੇ ਜਿਹੜਾ ਇਲੈਕਸ਼ਨ ਲੜਿਆ ਜਾਣਾ, ਸਸਤਾ ਥੋੜ੍ਹਾ ਕਰਨਾ ਚਾਹੁੰਦਾ। ਨਹੀਂ ਤਾਂ ਲੋਕਾਂ ਨੂੰ ਇਹ ਲੱਗਦਾ ਵੀ ਬਹੁਤ ਕੋਸਟਲੀ ਆ, MLA ਇਲੈਕਸ਼ਨ ਨਹੀਂ ਲੜਿਆ ਜਾ ਸਕਦਾ, ਨੋਰਮਲ ਬੰਦਾ ਅਫੋਰਡ ਨਹੀਂ ਕਰ ਸਕਦਾ, ਪਰ ਜੇਕਰ ਲੋਕਾਂ ਨੇ ਇਤਕੀ ਆਸ਼ੀਰਵਾਦ ਦਿੱਤਾ ਅਤੇ ਜੇਕਰ ਮੰਨ ਲਓ ਉਹਨਾਂ ਨੇ ਮੈਨੂੰ ਇਲੈਕਟ ਕਰ ਲਿਆ, ਹੈ ਨਾ, ਮੈਨੂੰ ਵੋਟਾਂ ਪਾਈਆਂ ਅਤੇ ਜਿਤਾ ਤਾ, ਤਾਂ ਆਉਣ ਵਾਲੇ ਟਾਈਮ ਦੇ ਵਿੱਚ ਬੜੇ ਲੋਕਾਂ ਵਾਸਤੇ, ਬੜੇ ਨੌਜਵਾਨਾਂ ਵਾਸਤੇ ਜਿਹੜੇ ਹੈਗੇ ਦਰਵਾਜ਼ੇ ਖੁੱਲ੍ਹ ਜਾਣ। ਤੁਸੀਂ ਕਹਿੰਦੇ ਆ ਨਾ ਮੈਂ ਆਹ ਕਰੂੰਗਾ ਮੈਂ ਕਰੂੰਗਾ, ਮੌਜੂਦਾ ਵਿਧਾਇਕ ਦਾ ਇਹ ਕਹਿਣਾ ਹੈ ਕਿ ਗਿੱਦੜਬਾਹਾ ਹਲਕੇ ਵਿੱਚ ਬਹੁਤ ਵਿਕਾਸ ਹੋਇਆ, ਆਏ ਦਿਨ ਉਹਨਾਂ ਵੱਲੋਂ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਅਪਲੋਡ ਕੀਤੇ ਜਾਂਦੇ ਨੇ, ਫਿਰ ਤੁਸੀਂ ਕੀ ਨਵਾਂ ਕਰੋਗੇ? ਕਿਹੜਾ ਵਿਕਾਸ ਆ ਵੀਰੇ, ਤੈਨੂੰ ਪਤਾ ਹੀ ਹੈ, ਠੀਕ ਹੈ, ਖੁਦ ਉਹਨਾਂ ਦੇ ਜਿਹੜੇ ਜ਼ਿਆਦਾਤਰ ਸਰਪੰਚ ਉਹਨੂੰ ਛੱਡ ਕੇ ਜਾਈ ਜਾਂਦੇ ਆ, ਨੋਰਮਲ ਲੋਕ ਤੰਗ ਆ ਉਹਦੀ ਬੋਲਬਾਣੀ ਤੋਂ, ਜਿਸ ਤਰ੍ਹਾਂ ਦਾ ਹੈ ਨਾ ਬੇਲੋੜਾ ਬੋਲਣਾ, ਕੌੜਾ ਬੋਲਣਾ, ਇੱਕ ਸ਼ੋਭਾ ਨਹੀਂ ਦਿੰਦਾ ਹੁੰਦਾ, ਕਿਸੇ ਦੀ ਜ਼ਬਾਨ ਆ ਕਹਿੰਦੇ ਸਾਡੀ ਜਿਹੜੀ ਤੜਾ, ਇਹਦੇ 'ਚ ਖੁਦ 'ਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੜਾ ਦਿੰਦੀ, ਉਹ ਗੱਲ ਸਾਡੇ ਵਿਧਾਇਕ ਦੀ ਹੈ, ਤੇਰੇ ਸਾਹਮਣੇ ਰੰਗਾਂ ਵਾਲਾ ਵਿਧਾਇਕ ਆ, ਬੁਰਸ਼ਾਂ ਵਾਲਾ ਵਿਧਾਇਕ ਆ, ਕਿਸੇ ਪਿੰਡ ਦੇ ਵਿੱਚ ਕੋਈ ਵਿਕਾਸ ਨਹੀਂ, ਨਾਲੀਆਂ ਗਲੀਆਂ ਮੈਂ ਦਿਖਾਉਂਦਾ ਰਹਿਣਾ ਅਕਸਰ, ਠੀਕ ਹੈ, ਅਤੇ ਹਰ ਇੱਕ ਨੂੰ ਪਤਾ ਇੱਕ ਕੈਮਰਾ ਰੱਖ ਲੈਣਾ, ਠੀਕ ਆ, ਉਹਦਾ ISO ਸੈੱਟ ਕਰਕੇ, ਠੀਕ ਆ, ਜ਼ਿਆਦਾ ਗੂੜੇ ਰੰਗ ਦਿਖਾ ਦੇਣੇ, ਉਹ ਤਾਂ ਨੋਰਮਲ ਗੱਲਾਂ ਨੇ, ਠੀਕ ਆ, ਜੇ ਕਿਤੇ ਵਿਕਾਸ ਹੋਵੇ ਦਿਸਣਾ ਚਾਹੀਦਾ, ਫਿਰ ਵਿਧਾਇਕ ਸਾਹਿਬ ਦੇ ਜਿਹੜੇ ਐਤਕੀ ਆਪਾਂ ਅੱਗੇ ਦਿਨ ਰਾਤ ਉਹਨਾਂ ਨੂੰ ਜਿਹੜੇ ਚੈਨ ਨਹੀਂ ਆਉਂਦੀ, ਹੈ ਨਾ, ਤਾਂ ਕਾਹਦੇ ਵਾਸਤੇ ਨੇ? ਜੇ ਵਿਕਾਸ ਹੁੰਦਾ ਤਾਂ ਗੁਰਪ੍ਰੀਤ ਕੋਟਲੀ ਕਾਹਦੇ ਵਾਸਤੇ ਲੜਦਾ? ਸਾਡੇ ਪਿੰਡ ਵਾਟਰ ਬਾਕਸ ਬਣਾਇਆ, ਤੁਹਾਨੂੰ ਦਿਖਾ ਦਿਆਂ, 10 ਫੁੱਟ ਨੀਵਾਂ ਬਣਾਤੀ ਟੈਂਕੀ, ਜਿੱਥੇ 4 ਫੁੱਟ ਦੀਆਂ ਸੋਰੀ ਜਿਹੜੀਆਂ ਆਪਾਂ 4 ਇੰਚ ਦੀਆਂ ਜਾਂ 6 ਇੰਚ ਦੀਆਂ ਪਾਈਪਾਂ ਬਣਨਾ ਚਾਹੀਦੀਆਂ, 2 ਇੰਚ ਦੀਆਂ ਬਣਨਾ, ਵਿਕਾਸ ਜਿਹੜਾ ਖੁੱਲ੍ਹ ਗਿਆ, ਇੱਕ ਭਰਾ ਦਾ ਘਰ ਡਿੱਗ ਪਿਆ, ਸੋ ਬੜਾ ਕੁਝ ਹੋ ਰਿਹਾ, ਚਿੱਟਾ ਸ਼ਰਿਆਂ ਵਿਕਾਇਆ ਇਸ ਵਿਧਾਇਕ ਨੇ ਤੁਹਾਡੇ ਸਾਹਮਣੇ। ਕਿਹੜਾ ਜਿਹੜਾ ਹੈਗਾ ਗਿੱਦੜਬਾਹਾ ਦਾ ਪਿੰਡ ਆ ਜਾਂ ਗਿੱਦੜਬਾਹਾ ਸ਼ਹਿਰ ਆ, ਤਾਂ ਜਿੱਥੇ ਜਿਹੜਾ ਹੈਗਾ ਚਿੱਟਾ ਨਹੀਂ ਵਿਕ ਰਿਹਾ, ਅੱਜ ਚਿੱਟਾ ਸ਼ਰਿਆਮ ਜਿਹੜਾ ਹੈਗਾ ਥਾਂ ਥਾਂ 'ਤੇ ਵਿਕ ਰਿਹਾ ਇਹਨਾਂ ਦੀ ਸਿਆਸੀ ਸ਼ਹਿ ਕਰਕੇ। ਅੱਛਾ, ਕਦੇ ਡਰ ਲੱਗਦਾ ਮਨ ਨੂੰ ਵੀ ਵੱਡੇ ਵੱਡੇ ਧਨਾੜ ਲੋਕਾਂ ਨਾਲ ਮੈਂ ਮੁਕਾਬਲੇ 'ਚ ਉਤਾਰਤਾ ਮੈਨੂੰ ਸੰਯੁਕਤ ਸਮਾਜ ਮੋਰਚੇ ਨੇ, ਮਨ ਨੂੰ ਕੁਛ ਐਂ ਲੱਗਦਾ ਹੈਗਾ ਡਰ? ਦੇਖ ਵੀਰ ਮੇਰਿਆ, ਆਪਾਂ ਧਨਾੜ ਤੋਂ ਡੂੜ ਅਤੇ ਆਪਾਂ ਵੱਡੇ ਬੁੱਢਿਆਂ ਤੋਂ ਤਾਂ ਆਪਾਂ ਡਰੇ ਨਹੀਂ, ਕਿਉਂਕਿ ਮੇਰੇ ਬਾਪੂਆਂ ਨੇ ਮੈਨੂੰ ਇਹ ਸਿਖਾਇਆ, ਚਾਹੇ ਉਹ ਡੱਲੇਵਾਲ ਸਾਹਿਬ ਹੋਣ, ਚਾਹੇ ਰਾਜੇਵਾਲ ਸਾਹਿਬ ਹੋਣ, ਚਾਹੇ ਉਗਰਾਹ ਸਾਹਿਬ, ਹੈ ਨਾ, ਸੋ ਸਾਡੀ ਯੂਨੀਅਨਾਂ ਦੇ ਆਗੂਆਂ ਨੇ ਸਿਖਾਇਆ ਵੀ ਪੁੱਤ ਡਰਨਾ ਡੁਰਨਾ ਕਿਸੇ ਤੋਂ ਨਹੀਂ ਗਾ, ਠੀਕ ਆ, ਅਸੀਂ ਤਾਂ ਬਾਨੀਆਂ ਅਡਾਣੀਆਂ ਤੋਂ ਨਹੀਂ ਡਰੇ, ਅਸੀਂ ਤਾਂ ਬੰਗਾਲ ਦੇ ਵਿੱਚ ਜਾ ਕੇ, ਯੂਪੀ ਦੇ ਵਿੱਚ ਜਾ ਕੇ ਲਗਾਤਾਰ ਹੈਕ ਠੋਕ ਕੇ ਕਹਿੰਦੇ ਰਹੇ ਹਾਂ ਵੀ ਮੋਦੀ ਦਾ ਵਿਰੋਧ ਕਰੋ, ਡਟ ਕੇ ਵਿਰੋਧ ਕੀਤਾ, ਠੀਕ ਆ, ਸ਼ਾਇਦ ਉੱਥੇ ਤਾਂ ਜਿਹੜਾ ਹੈਗਾ ਸਾਡੀਆਂ ਲਾਸ਼ਾਂ ਵੀ ਨਾ ਵਾਪਸ ਆਉਂਦੀਆਂ, ਸੋ ਇਹਨਾਂ ਇਹ ਤਾਂ ਕੁਝ ਵੀ ਨਹੀਂ, ਇਹ ਤਾਂ ਉਹਨਾਂ ਦੇ ਆਪਾਂ ਗੱਲ ਕਰਕੇ ਗਾਂ ਕਰਿੰਦੇ ਰੱਖੇ ਹੋਏ ਆ, ਹੈ ਨਾ, ਜਿਹੜੇ ਹੈਗੇ ਵੱਡੇ ਘਰਾਣਿਆਂ ਦੇ, ਕਾਥੇ ਕੁਝ ਨਹੀਂ ਸਾਨੂੰ ਇਹੋ ਜਿਹਾ ਡਰ। ਇੱਕ ਸਮਾਂ ਅਜਿਹਾ ਵੀ ਸੀਗਾ ਜਦੋਂ ਗੁਰਪ੍ਰੀਤ ਕੋਟਲੀ ਆਮ ਆਦਮੀ ਪਾਰਟੀ ਦੀ ਸਪੋਰਟ ਕਰਦਾ ਸੀ, ਇਸ ਤੋਂ ਬਾਅਦ ਹੁਣ ਕਿਵੇਂ ਨਿਰਪੱਖ ਹੋ ਗਏ ਜਮਾਂ? ਬਿਲਕੁਲ ਨਹੀਂ, ਜਿਹੜਾ ਉਹ ਆਪਣੀ ਦੁਨੀਆਂ ਨੂੰ ਪਤਾ, ਦੇਖ 2014 ਦੇ ਵਿੱਚ, 2013 ਦੇ ਵਿੱਚ ਮੈਂ ਯੂਨੀਵਰਸਿਟੀ ਦਾ ਇਲੈਕਸ਼ਨ ਲੜਿਆ, ਠੀਕ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ 12-13 ਦਾ ਇਲੈਕਸ਼ਨ ਲੜਿਆ, ਉਸ ਤੋਂ ਬਾਅਦ 2014 ਤੋਂ ਲੈ ਕੇ ਜਿਹੜਾ ਹੈਗਾ
ਜਗਦੀਪ ਵਾਸਤੇ ਪ੍ਰਚਾਰ ਕੀਤਾ। ਉਸ ਤੋਂ ਬਾਅਦ ਜਦੋਂ ਅਕਾਲੀ ਦਲ ਦੇ ਮਜੀਠੀਆ ਤੋਂ ਚਿੱਟੇ ਤੋਂ ਮਾਫ਼ੀ ਮੰਗ ਕੇ ਕੇਜਰੀਵਾਲ, ਉਹ ਤੋਂ ਬਾਅਦ ਸਾਨੂੰ ਨਫ਼ਰਤ ਹੋ ਗਿਆ, ਆਪਾਂ ਛੱਡਤਾ, ਠੀਕ ਹੈ। ਉਸ ਤੋਂ ਬਾਅਦ ਚਲੋ ਜਿਹੜਾ ਹੈਗਾ ਅਕਾਲੀ ਦਲ, ਜਿਹੜਾ ਆਪਾਂ ਗੱਲ ਕਰ ਗਏ ਅਕਾਲੀ ਦਲ ਤੋਂ ਮਾਫ਼ੀ ਮੰਗਣ ਦੇ ਕਰਕੇ ਤਾਂ ਸਾਰਾ ਕੁਝ ਭਾਣਾ ਵਰਤ ਗਿਆ, ਹੈ ਨਾ। ਉਹ ਤੋਂ ਬਾਅਦ ਕਿਸਾਨਾਂ ਨਾਲ ਜੁੜੇ, ਉਹਦੇ ਵਿੱਚ ਖਹਿਰਾ ਆਇਆ, ਉਹਦੀ ਮਦਦ ਕੀਤੀ, ਬਾਅਦ ਦੇ ਵਿੱਚ ਉਹ ਵੀ ਚੜ ਗਿਆ ਕਿਸੇ ਕਾਂਗਰਸੀ ਨਾਲ, ਠੀਕ ਹੈ। ਲੋਕਾਂ ਦਾ ਮੈਂ ਜਿੱਥੋਂ ਤੱਕ ਦੇਖਿਆ, ਚਲੋ ਹੁਣ ਮੇਰੇ 'ਤੇ ਵਿਸ਼ਵਾਸ ਜਿਤਾਇਆ ਜਾਂ ਮੈਂ ਆਪ ਕਮਾਣ ਕਿਉਂ ਫੜੀ ਆ, ਕਿਉਂਕਿ ਮੇਰੇ ਵਰਗੇ ਹੋਰ ਬਥੇਰੇ ਮੁੰਡੇ ਆ ਜਿਹੜੇ ਸਿਆਸਤ ਬਦਲਣਾ ਚਾਹੁੰਦੇ, ਪਰ ਜਿਹੜੇ ਬੰਦੇ ਵਾਸਤੇ ਉਹ ਖੜਦੇ ਆ ਉਹ 4 ਸਾਲਾਂ ਨੂੰ ਜਾਂ 2 ਸਾਲਾਂ ਨੂੰ ਜਾਂ ਵੋਟਾਂ ਲੈ ਕੇ ਉਦੋਂ ਫਾਲਾ ਬਦਲ ਜਾਂਦਾ, ਕੀ ਕਰੀਏ। ਪਰ ਐਤਕੀ ਅਸੀਂ ਵੋਟਲੀ ਤਾਂ ਨਹੀਂ ਕਿਤੇ ਐਂ ਕਰੂਗਾ, ਨਹੀਂ ਨਹੀਂ, ਜੇਕਰ ਅਸੀਂ ਫਾਲਾ ਬਦਲਾਂ, ਮੇਰੇ ਕੋਲ ਵੱਡੇ ਵੱਡੇ ਤਕੜੇ ਆਫਰ ਰਹੇ ਆ ਇਹਨਾਂ ਚੀਜ਼ਾਂ ਦੇ, ਤੁਹਾਨੂੰ ਪਤਾ ਹੀ ਆ ਵੀ ਅੱਜ ਕੱਲ੍ਹ ਦਾ ਚਿਹਰੇ ਨਹੀਂ ਮਿਲਦੇ ਵੀ ਭਾਈ ਜਿਹੜਾ ਇਲੈਕਸ਼ਨ ਲੜਾ ਸਕਣ। ਸੋ ਸਿੰਪਲ ਅਸੀਂ ਵੱਡੇ ਜਿਹੜਾ ਆਪਾਂ ਕਹੀਏ ਲੰਮੀ ਪਾਰੀ ਵਾਸਤੇ ਕਰ ਰਹੇ ਹਾਂ, ਹਜੇ ਤਾਂ ਆਪਾਂ ਕਹੀਏ ਵਾੜੀ ਦਾ ਦਾੜੀ ਦਾ ਇੱਕ ਵੀ ਵਾਲ ਚਿੱਟਾ ਨਹੀਂ, ਅਤੇ ਲਗਾਤਾਰ ਪਰਮਾਤਮਾ ਨੇ ਜੇ ਉਮਰ ਬਖਸ਼ੀ ਅਤੇ ਹੌਸਲਾ ਬਖਸ਼ਿਆ, ਘੱਟੋ ਘੱਟ ਅਜੇ ਨਾ ਬਾਲਾ 40-45 ਸਾਲ ਅਜੇ ਸਿਆਸਤ ਦੇ ਵਿੱਚ ਸੇਵਾ ਕਰ ਸਕਦੇ ਹਾਂ। ਸੋ ਬੜਾ ਲੰਮਾ ਆਪਾਂ ਕਹੀਏ ਰੂਟ ਪਲਾਨ ਲੈ ਕੇ ਤੁਰੇ ਹਾਂ, ਗਿੱਦੜ ਬਾਅਦ ਲੋਕਾਂ ਦੇ ਨਾਲ ਹਿੱਕਣਾ ਹਿੱਕੜਾ ਕੇ ਖੜਾਂਗੇ। ਮੇਰਾ ਤਾਂ ਬੇਸਿਕ ਲੜਨ ਦਾ ਤਰੀਕਾ ਹੀ ਹੈ, ਮੈਂ ਤਾਂ ਉਹਨਾਂ ਨੇ ਕਹਿਣਾ ਲੋਕਾਂ ਨੂੰ ਵੀ ਭਾਈ ਨਾ ਤਾਂ ਤੁਹਾਨੂੰ ਕਾਲੀਆਂ ਨੇ ਬਾਹਰ ਖੋਲ੍ਹਣਾ, ਨਾ ਕਾਂਗਰਸ ਵਾਲਿਆਂ ਨੇ ਖੋਲ੍ਹਣਾ, ਕਿਉਂਕਿ ਵੱਡੇ ਵੱਡੇ ਬੰਦੇ ਆ, ਨਾ ਸ਼ਰਮਾ ਜੀ ਨੇ ਖੋਲ੍ਹਣਾ, ਘਰਾਂ ਵਾਲੀ ADC ਹੈ, ਠੀਕ ਹੈ। ਉਹਨੇ ਕਹਿਣਾ ਮੇਰੀ ਘਰਾਂ ਵਾਲੀ ਬਦਲਤੀ ਅਗਲੇ ਨੇ, ਮੈਂ ਕੀ ਕਰੂੰ। ਇਕੱਲਾ ਗੁਰਪ੍ਰੀਤ ਕੋਟਲੀਆ ਜਿਹੜਾ ਦਰੀਆਂ ਦੇ ਉੱਪਰ ਬਹਿ ਕੇ ਲੜ ਸਕਦਾ, ਜਿਹੜਾ ਆਪਾਂ ਅੱਗੇ ਧਰਨੇ ਲਾ ਸਕਦਾ, ਜਿਹੜਾ ਕਿਤੇ ਕਿਸੇ ਨਾਲ ਹੋਏ ਧੱਕੇ ਨੇ ਤਾਂ ਇਨਸਾਫ ਦਵਾ ਸਕਦਾ ਰਾਜਨੀਤਿਕ ਬੰਦਿਆਂ 'ਚੋਂ, ਬਾਕੀ ਸਾਡੇ ਬਾਪੂ ਹੈ, ਠੀਕ ਹੈ, ਜਾਂ ਯੂਨੀਅਨਾਂ ਸਾਡੀਆਂ, ਤੀਜਾ ਇਹਨਾਂ ਕੋਲ ਬੰਦਾ ਹੀ ਨਹੀਂ ਗਾ, ਇਹ ਬੰਦੇ ਕਿੱਥੇ ਲੜ ਸਕਦੇ ਆ ਯਾਰ। ਗੁਰਪ੍ਰੀਤ ਬਾਈ, ਮੈਂ ਇੱਕ ਵੀਡੀਓ ਵੇਖ ਰਿਹਾ ਸੀਗਾ, ਮੈਨੂੰ ਬਹੁਤ ਅਲੱਗ ਲੱਗੀ ਵੀ ਇੱਕ ਪਹਿਲਾ MLA ਦਾ ਉਮੀਦਵਾਰ ਹੋਊਗਾ ਜਿਹੜਾ ਕਹਿ ਰਿਹਾ ਵੀ ਮੇਰੀ 5 ਰੁਪਏ 10 ਰੁਪਏ ਨਾਲ ਸਪੋਰਟ ਕਰੋ, ਕੀ ਲੋਕ ਇਸ ਤਰ੍ਹਾਂ ਕਰ ਰਹੇ ਆ ਜਾਂ ਸਿਰਫ ਵੀਡੀਓ ਬਣਾ ਕੇ ਇਮੋਸ਼ਨਲੀ ਲੋਕਾਂ ਨੂੰ ਅਟੈਕ ਕਰ ਰਹੇ ਸੀ ਤੁਸੀਂ? ਦੇਖੋ ਵੀਰੇ, ਮੇਰਾ ਸਹੀ ਦੱਸਾਂ ਵੀ ਮੇਰੇ ਆਹ ਮੈਂ ਕੱਢਾਂ ਆਹ ਰੁਪਈਏ ਜਿਹੜੇ, ਇਹ ਨਾ ਮੈਂ ਆਪਣੇ ਪੁੱਛ ਲਿਓ ਆਸਾ ਬੁੱਟਰ ਬੋਲੀ ਜਾਂਦਾ ਸੀਗਾ, ਆਸਾ ਬੁੱਟਰ ਬੋਲ ਕੇ ਹਟਿਆ ਤਾਂ ਇੱਕ ਬੰਦਾ ਆਇਆ ਮੇਰੇ ਕੋਲ, ਮੂਹਰੇ ਮੋਟਰਸਾਈਕਲ ਰੋਕਿਆ ਉਹਨੇ ਟਰੈਕਟਰ ਦੇ, ਅਤੇ ਚੁੱਪ ਕਰਕੇ ਐਂ ਕਰਕੇ ਮੈਂ ਹੱਥ ਦਿੱਤਾ ਤੇ ਕਹਿੰਦਾ ਬਾਈ ਦੇਖੀ ਨਾ, ਉਹਨੂੰ ਐਂ ਲੱਗਿਆ ਮੈਂ ਕੀ ਹੋ ਗਿਆ, ਕਹਿੰਦਾ ਯਾਰ ਮੈਂ ਨਾ ਰੇਹ ਦਾ ਗੱਟਾ ਲੈਣ ਚੱਲਿਆ ਸੀਗਾ ਯੂਰੀਆ ਦਾ ਕਣਕ 'ਚ ਪਾਉਣ ਨੂੰ, ਪਰ ਤੇਰੀਆਂ ਗੱਲਾਂ ਸੁਣੀਆਂ ਭਰਾ ਮੇਰਿਆ, ਸਾਨੂੰ ਪਤਾ ਤੂੰ ਸਾਡੇ ਜਵਾਕਾਂ ਦਾ ਭੁੱਖ ਬਚਾ ਲਏਗਾ, ਤੂੰ ਆਹ ਪੈਸੇ ਰੱਖ ਲਾ। ਮੈਂ ਨਾ ਕਰਦੇ ਨੇ ਫਿਰ ਵੀ ਉਹ ਮੈਨੂੰ ਧੱਕੇ ਨਾ ਦੇ ਗਿਆ, ਠੀਕ ਆ। ਮੈਂ ਦੇਖਿਆ ਮੇਰੇ ਅੱਖਾਂ 'ਚ ਅੱਥਰੂ ਭਰਿਆ ਯਾਰ, ਮੈਂ ਕਿਹਾ ਇਹ 450 ਰੁਪਈਆ ਨਹੀਂ ਗਾ ਅਸਲ ਦੇ ਵਿੱਚ ਅਰਮਾਨ ਹੈ, ਕਿਉਂਕਿ ਜਿਹੜਾ ਮੇਰੇ ਵਰਗਾ ਗਰੀਬ ਮਾਤਰ ਬੰਦਾ ਮਸਾਂ 200-200 ਇਕੱਠਾ ਕਰਦਾ ਅਤੇ ਉਦੋਂ ਬਾਅਦ ਉਹ ਰੇਹ ਦਾ ਗੱਟਾ ਲਿਆਊਗਾ, ਉਦੋਂ ਬਾਅਦ ਜਿਹੜਾ ਕਣਕ 'ਚ ਪਾਊ ਵੱਡੀ ਹੋਊਗੀ, ਕਣਕ ਦੇ ਉੱਤੇ ਸਾਰੇ ਪਰਿਵਾਰ ਨੂੰ ਆਸਾਂ, ਬੱਚਿਆਂ ਦੀਆਂ ਫੀਸਾਂ ਭਰੀਆਂ ਜਾਣਗੀਆਂ, ਅਗਲਾ ਗੁੜ ਚਾਹ ਲਿਆਊਗਾ, ਪਤਾ ਨਹੀਂ ਆੜਤੀਆਂ ਨੂੰ ਦੇਣੇ ਹੋਣੇ, ਹੈ ਨਾ। ਸੋ ਯਾਰ ਮੈਨੂੰ ਬੜਾ, ਮੈਂ ਕਿਹਾ ਮੇਰੇ ਦਿਲ 'ਤੇ ਆਸਾਨ ਆ ਲੋਕਾਂ ਦਾ, ਆਹ ਤੁਹਾਡੇ ਪਿੰਡ ਹੀ ਆ, ਹੁਣ ਆਪਾਂ ਕੀ ਇੱਥੇ ਬੋਲੀ ਜਾਂਦਾ ਸੀ, ਉੱਥੇ ਭਰਾਵਾਂ ਨੇ ਦਿੱਤਾ, ਉਦੋਂ ਬਿਨਾਂ ਜੇ ਮੈਂ ਸਾਡੀਆਂ ਜਿਹੜੀਆਂ ਟੀਮਾਂ ਜਦੋਂ ਜਾਂਦੀਆਂ ਆਪਾਂ ਗੱਲ ਕਰੀਏ ਘਰਾਂ 'ਚ, ਚਾਹੇ ਆਪਾਂ ਕਹੀਏ ਦਿਹਾੜੀਦਾਰਾਂ ਦੇ ਦਿੰਦੀਆਂ, ਚਾਹੇ ਆਪਾਂ ਕਹੀਏ ਛੋਟੇ ਕਿਸਾਨਾਂ ਦੇ ਦਿੰਦਾ, ਕੋਈ 50 ਦਿੰਦਾ, ਕੋਈ 100 ਦਿੰਦਾ, 500 ਦਿੰਦਾ, ਮੈਨੂੰ ਯਾਰ ਸਿਰਫ 450 ਚਾਹੀਦਾ ਇਹਦੇ 'ਚ ਤੇਲ ਪਾਉਣ, ਵੈਸੇ ਤਾਂ ਮੈਂ ਇੰਨੇ ਕਾਫੀ ਕੋਲੋਂ ਵੀ ਲਾ ਸਕਦਾ, ਅਤੇ ਕਿਉਂਕਿ ਇਹ 5 ਲੀਟਰ ਖਾਂਦਾ ਸਾਰੇ ਦਿਨ 'ਚ, ਅਤੇ ਬਾਕੀ ਚੀਜ਼ਾਂ ਵਾਸਤੇ ਹੁਣ ਮੈਨੂੰ ਲੱਗਦਾ ਫਲੈਕਸਾਂ ਵਾਸਤੇ ਅਤੇ ਜਿਹੜੇ ਪੋਸਟਰਾਂ ਵਾਸਤੇ ਪੈਸੇ ਲੋਕ ਇਕੱਠੇ ਕਰਕੇ ਦੇ ਜਾਂਦੇ, 2-4 ਦਿਨਾਂ 'ਚ ਅਸੀਂ ਲਾ ਦਿਆਂਗੇ ਉਹ ਇਕੱਠੇ ਕਰਕੇ। ਗੁਰਪ੍ਰੀਤ, ਇੱਕ ਤੁਸੀਂ ਐਫੀਡੈਵਿਟ ਦੀ ਗੱਲ ਕਰ ਰਹੇ ਸੀ ਆਪਣੀ ਲਾਈਵ ਦੇ ਵਿੱਚ, ਉਹ ਐਫੀਡੈਵਿਟ ਵਿੱਚ ਕੀ ਖਾਸ ਹੋਣ ਵਾਲਾ ਹੈਗਾ? ਐਫੀਡੈਵਿਟ ਦੇ ਵਿੱਚ ਇਹ ਖਾਸ ਹੋਣ ਵਾਲਾ ਇਹ ਹੈ ਕਿ ਯਾਰ ਵੀ ਜਿੰਨੀ ਜਿਹੜਾ ਵਿਧਾਇਕ ਸਾਡੇ 'ਚੋਂ ਬਣੇ 4 'ਚੋਂ, ਮੈਂ ਕਹਿੰਦਾ ਵੀ ਪਹਿਲਾਂ ਤਾਂ ਉਹਦੀ ਜਾਇਦਾਦ ਆ, ਕਿਉਂਕਿ ਆਪਾਂ ਕਹਿ ਦਿੰਦੇ ਅਸੀਂ ਜੀ ਸੇਵਾ ਵਾਸਤੇ ਆਏ ਹਾਂ, ਜਾਇਦਾਦ ਆ ਜਿਹੜੀ ਉਹ ਲੋਕਾਂ ਦੇ ਹੀ ਹੋਣੀ ਚਾਹੀਦੀ ਹੈ, ਸੈਕਰੀਫਾਈਸ ਕਰੇ ਪਹਿਲਾਂ ਘਰ ਤੋਂ, ਕਿਉਂਕਿ ਪੰਜਾਬ 'ਚੋਂ ਮੈਂ ਕਰਜ਼ਾ ਬਹੁਤ ਹੈ। ਮੈਂ ਕਿਹਾ ਵੀ ਜੇ ਮੈਂ ਵਿਧਾਇਕ ਬਣਦਾ ਤਾਂ ਮੇਰਾ ਘਰ ਆ, ਤਨਖਾਹ ਚੱਲੂ ਅਤੇ ਸਾਰੀ ਸਾਰੀ ਪ੍ਰੋਪਰਟੀ ਆ ਜਿਹੜੀ ਉਹ ਲੋਕਾਂ ਦੀ ਹੋਊਗੀ, ਉਹ ਪੈਂਦੀ ਪ੍ਰੋਪਰਟੀ ਆ, ਅਤੇ ਜੇ ਇਹ ਕਰ ਦੇਣ ਤਾਂ, ਜੇ ਤਿੰਨੇ ਹੀ ਕਰ ਦੇਣ ਮੈਂ ਛੱਡ ਹੀ ਜਾਊਂ। ਟਰੈਕਟਰ ਆਪਣਾ ਖੁਦ ਦਾ ਬਾਈਕ ਨਹੀਂ, ਉਹ ਜਿਹੜਾ ਮੈਨੂੰ ਛੱਡ ਗਿਆ ਟਰੈਕਟਰ, ਕਹਿੰਦਾ ਤੂੰ ਟਰੈਕਟਰ 'ਤੇ ਚੋਣ ਪ੍ਰਚਾਰ ਕਰੀ, ਕਿਉਂਕਿ ਯਾਰ ਮੈਂ ਨਿਰਾਸ਼ ਥੋੜ੍ਹਾ ਜਿਹਾ ਹੋ ਗਿਆ, ਮੈਂ ਕਿਹਾ ਯਾਰ ਅਗਲੇ ਕੋਲ ਗੱਡੀਆਂ ਗੁੱਡੀਆਂ ਬਹੁਤ ਆ, ਫੋਰਚਨ ਮੈਂ ਪਹੁੰਚੂ ਕਿਵੇਂ, ਤਾਂ ਫਿਰ ਮੈਂ ਇਹ ਲਾਇਆ ਵੀ ਉਹ ਟਰੈਕਟਰ ਉਹ ਛੱਡ ਗਿਆ ਜਿਹੜਾ ਹੈਗਾ, ਠੀਕ ਹੈ, ਅਤੇ ਜਿਗਰਾ ਮੈਂ ਦਿਖਾਇਆ, ਮੈਂ ਕਿਹਾ ਯਾਰ ਆਪਾਂ ਹੌਲੀ ਹੌਲੀ ਤੁਰੇ ਚੱਲਾਂਗੇ, ਜਿੱਥੇ ਰਾਤ ਪਈ ਰਹਿ ਪਿਆ ਕਰਾਂਗੇ, ਨਾਲੇ ਗੱਲਾਂ ਬਾਤਾਂ ਕਰ ਲਈਆਂ, ਅੱਗੇ ਫਿਰ ਤੋਰ ਲਿਆ। ਹੁਣ ਜੇ ਮੈਂ ਕਹਾਂ ਵੀ ਰੋਜ਼ ਮੈਂ ਟਰੈਕਟਰ ਘਰੋਂ ਕੱਢਿਆ ਕਰੂੰ ਤਾਂ ਦੋਧੇ ਆਉਣ 'ਚ ਮੇਰਾ ਅੱਧਾ ਦਿਨ ਲੰਘ ਜਾ ਕਰੂੰ ਦੋਧੇ ਜਾਣ 'ਚ, ਫਿਰ ਤਾਂ ਇਕੱਲਾ ਐਂ ਚੱਲਣਾ, ਹੈ ਨਾ। ਸੋ ਸਾਡੀ ਮਜਬੂਰੀ ਹੈ, ਉੱਥੇ ਖੜ੍ਹ ਜਾਂਦੇ, ਨਾਲੇ ਗੱਲਾਂ ਬਾਤਾਂ ਕਰ ਲਈ ਦੀਆਂ। ਹੁਣ ਟਰਾਲੀਆਂ ਵੀ ਆ ਗਈਆਂ, ਜਿਹੜੇ ਮੁੰਡੇ ਬਾਹਰੋਂ ਆਉਂਦੇ ਆ ਨਾਲ ਟਰਾਲੀ 'ਚ ਸੌਂ ਜਾ ਕਰਦੇ ਆ, ਠੀਕ ਆ, ਪਿੰਡੋਂ ਰੋਟੀਆਂ ਮੰਗਾ ਲੈਂਦੇ, ਜਾਂ ਕੋਈ ਮੇਰੇ ਜਿਹੜਾ ਭਰਾ ਜਿਵੇਂ ਉਹ ਮਿਲ ਜਾਂਦਾ ਅਤੇ ਉਹ ਦੇ ਦਿੰਦਾ, ਹੈ ਨਾ। ਇਸ ਤਰ੍ਹਾਂ ਥੋੜ੍ਹਾ ਜਿਹਾ ਚੱਲ ਰਿਹਾ ਸਿਸਟਮ। ਇੱਕ ਮੈਂ ਐਫੀਡੈਵਿਟ ਦੇ ਵਿੱਚ ਇਹ ਕਿਹਾ, ਦੂਜੀ ਗੱਲ ਵੀ ਮੇਰੇ ਅਤੇ ਮੇਰੇ ਬੱਚੇ ਜਿਹੜੇ ਸਰਕਾਰੀ ਸਕੂਲ 'ਚ ਪੜ੍ਹਨਗੇ, ਅਤੇ ਕਿਉਂਕਿ ਜੇ
ਮੇਰੇ ਤੇਰੇ ਨਾਲ ਪੜ੍ਹਦੇ ਹੁੰਦੇ ਤਾਂ ਓਬਵੀਅਸਲੀ ਸਾਡੇ ਯਾਰ ਬੇਲੀ ਹੁੰਦੇ, ਦੁੱਖ ਸੁੱਖ ਤੇ ਸਾਥੀ ਹੁੰਦੇ, ਪਤਾ ਇਹ ਪੜ੍ਹਦੇ ਆ, ਕੋਈ ਕੈਨੇਡਾ ਪੜ੍ਹ ਕੇ ਆਉਂਦਾ, ਕੋਈ ਦਿੱਲੀ ਪੜ੍ਹ ਕੇ ਆਉਂਦਾ, MLA ਸਾਡੇ ਬਣ ਜਾਂਦੇ ਆ, ਠੀਕ ਆ, ਉਹਨਾਂ ਨੂੰ ਸਾਡੀ ਸਮਝ ਹੀ ਨਹੀਂ ਯਾਰ ਬਾਈ। ਤੀਜਾ ਸੀਗਾ ਮੇਰਾ ਅਤੇ ਮੇਰੇ ਪਰਿਵਾਰ ਦਾ ਇਲਾਜ ਆ ਜਿਹੜਾ ਸਰਕਾਰੀ ਹਸਪਤਾਲ ਦੇ ਵਿੱਚ ਹੋਊਗਾ, ਸਰਕਾਰੀ ਹਸਪਤਾਲ ਤਾਂ ਹੀ ਤਾਂ ਵਧੀਆ ਬਣਨਗੇ, ਠੀਕ ਆ। ਹੁਣ ਕੀ ਆ ਤੁਹਾਡੇ ਪਿੰਡ ਯਾਰ PHC ਪ੍ਰਾਇਮਰੀ ਹੈਲਥ ਸੈਂਟਰ ਹੈ, ਉੱਥੇ ਵੀ ਨਹੀਂ ਜਿਹੜਾ ਹੈਗਾ ਕੋਈ ਮੈਡੀਸਨ ਦਾ ਡਾਕਟਰ, ਕੀ ਕਰ ਲਏਗਾ ਤੂੰ? ਇਹ ਗੱਲਾਂ ਤੁਸੀਂ ਕਰੋਗੇ ਸਭ ਤੋਂ ਪਹਿਲਾਂ ਜਾਂ ਕੁਛ ਲਿਖ ਕੇ ਦਿਓਗੇ ਲੋਕਾਂ ਨੂੰ ਐਫੀਡੇਵਿਟ ਦੇ ਵਿੱਚ, ਗੱਲ ਹੁਣ ਕਰ ਰਹੇ ਹੋ ਉਸੇ ਦਿਨ ਜਿਸ ਦਿਨ ਤੁਸੀਂ ਆਪਣੇ ਨਾਮਜ਼ਦਗੀ ਪੱਤਰ ਭਰੋਗੇ, ਇਹ ਹੋਊ ਸਾਰਾ ਕੁਛ? ਬਿਲਕੁਲ ਵੀਰੇ, ਜਿਹਦੇ ਨਾਮਜ਼ਦਗੀ ਪੱਤਰ ਹੋਊਗਾ ਉਹਦੇ ਮੈਂ ਮੀਡੀਆ ਪ੍ਰੈਸ ਕਾਨਫਰੰਸ ਹੋਊਗੀ, ਤੁਹਾਨੂੰ ਬਕਾਇਦਾ ਰਿਲੀਜ਼ ਕੀਤਾ ਜਾਊਗਾ। ਇਹ ਪੰਜਾਬ ਦਾ ਪਹਿਲਾ ਇਸ ਤਰ੍ਹਾਂ ਦਾ ਐਫੀਡੇਵਿਟ ਹੋਊਗਾ ਜਿਹੜਾ ਕਿ ਆਮ ਘਰਾਂ ਦੇ ਧੀਆਂ ਪੁੱਤਾਂ ਵਾਸਤੇ ਦਰਵਾਜ਼ੇ ਖੁੱਲੂਗਾ ਵਿਧਾਨ ਸਭਾ ਦੇ, ਉਸ ਤੋਂ ਬਾਅਦ ਤੇਰਾ ਆਉਣ ਵਾਲਾ ਜਵਾਕ ਵੀ ਜਾਂ ਤੂੰ ਵੀ ਅਗਲੇ ਵਾਰੀ ਸੋਚ ਲਏਗਾ ਵੀ ਜੇਕਰ ਗਿੱਦੜਬਾ ਦੇ ਲੋਕ ਜਿਹੜਾ ਗੁਰਪ੍ਰੀਤ ਨੂੰ ਆਪ ਪੈਸੇ ਬਣਾ ਕੇ ਅਤੇ ਆਪ ਜਿਹੜਾ ਹੈਗਾ ਪੋਸਟਰ ਲਾ ਕੇ MLA ਬਣਾ ਸਕਦੇ ਹਾਂ ਯਾਰ, ਅਤੇ ਉਹਦੇ ਵਾਂਗੂ ਪ੍ਰਚਾਰ ਕਰਕੇ ਜੇ ਉਹ ਬਣ ਸਕਦਾ ਅਸੀਂ ਵੀ ਬਣ ਸਕਦੇ ਹਾਂ। ਸੋ ਓਬਵੀਅਸਲੀ ਇੱਕ ਵੱਡੀ ਜਿਹੜੀ ਹੈਗੀ ਆ ਇੱਕ ਸਟੈਪ ਲੈਣ ਦੀ ਕੋਸ਼ਿਸ਼ ਕੀਤੀ ਆ ਪੰਜਾਬ ਦੇ ਲੋਕਾਂ ਵਾਸਤੇ, ਸ਼ਾਇਦ ਗਿੱਦੜਵਾ ਦੇ ਲੋਕ ਜਿਹੜਾ ਹੈਗਾ ਇਹਨੂੰ ਪੂਰਾ ਪਾਉਣਗੇ। ਆਖਰੀ ਸਵਾਲ ਆ, ਮੁਕਾਬਲੇ 'ਚ ਕਿਹਨੂੰ ਮੰਨਦੇ ਆ ਵੀ ਮੈਂ ਇਹਦੇ ਨਾਲ ਹੀ ਮੁੱਖ ਮੁਕਾਬਲੇ ਵਿੱਚ ਰਹਿਣਾ, ਕਿਉਂਕਿ ਰਵਾਇਤੀ ਤੌਰ 'ਤੇ ਹੈ ਨਾ ਤਿੰਨ ਪਾਰਟੀਆਂ ਆਪਸ ਵਿੱਚ ਇੱਕ ਦੂਜੇ ਨੂੰ ਮੁਕਾਬਲੇ ਵਿੱਚ ਮੰਨਦੀਆਂ, ਜਾਂ ਕਿਵੇਂ ਦੇਖ ਰਹੀਆਂ ਸਾਰਾ ਮੁਕਾਬਲਾ? ਯਾਰ ਇਹਨਾਂ ਨਾਲ ਤਾਂ ਹੈ ਨਹੀਂ ਗਾ, ਕਾਰਨ ਕੀ ਆ, ਕਿਉਂਕਿ ਇਹ ਬਾਈ ਹੈਗਾ ਸਰਮਾਏਦਾਰ ਸਾਰੇ ਬੰਦੇ, ਜਿਵੇਂ ਕਿ ਅਸੀਂ ਸਰਮਾਏਦਾਰਾਂ ਵਿਰੁੱਧ ਉੱਥੇ ਲੜਾਈ ਲੜ ਕੇ ਆਏ, ਇਹ ਵੀ ਸਰਮਾਏਦਾਰ ਆਪਾਂ ਇਸ ਇਹਨਾਂ ਨੇ ਵੀ ਇਕੱਠੇ ਕੀਤੇ, ਕਿਸੇ ਨੇ ਬੱਸਾਂ ਵਧਾ ਲਈਆਂ, ਕਿਸੇ ਨੇ ਸਾਬੇ ਵਧਾ ਲਏ, ਠੀਕ ਆ, ਕਿਸੇ ਨੇ ਸਕੂਲ ਖੋਲ੍ਹ ਲਏ, ਹੈ ਨਾ। ਬੇਸਿਕਲੀ ਇਹਨਾਂ ਨਾਲ ਮੁਕਾਬਲਾ ਨਹੀਂ, ਮੇਰਾ ਮੁਕਾਬਲਾ ਲੋਕਾਂ ਨਾਲ, ਲੋਕਾਂ ਦੀ ਜੇ ਜ਼ਮੀਰ ਮੈਂ ਜਗਾ ਚੱਕ ਸਕਿਆ, ਜੇ ਲੋਕ ਦਿੱਲੀ ਨਾ ਭੁੱਲੇ ਇਹ ਗੱਲ ਵੱਖਰੀ ਹੈ, ਜੇਕਰ ਕੋਈ ਭੁੱਲ ਗਿਆ ਵੀ ਕੋਟੀਆਂ ਸਵਾਟਰਾਂ ਲਿਆ ਕੇ ਭੁੱਲ ਗਿਆ ਤਾਂ ਫਿਰ ਤਾਂ ਕੀ ਆ, ਜਿਹੜੇ ਉੱਥੇ ਜਿਹੜੇ ਕਰ ਉੱਥੇ ਜਿਹੜੇ ਬੈਠੇ ਆ ਜਿਹਨਾਂ ਨੂੰ ਪਤਾ ਕੋਟ ਤਾਂ, ਜੇਕਰ ਉਹ ਬੰਦੇ ਮੇਰੇ ਨਾਲ ਤੁਰ ਪਏ ਫਿਰ ਦੁਨੀਆਂ ਦੀ ਕੋਈ ਤਾਕਤ ਜਿਹੜਾ ਗੁਰਪ੍ਰੀਤ ਕੋਟਲੀ ਨੂੰ ਗਿੱਦੜਬਾ ਦੇ ਵਿੱਚੋਂ ਜਿੱਤਣ ਤੋਂ ਨਹੀਂ ਹਰਾ ਸਕਦੀ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ, ਤੁਸੀਂ ਆਪਣਾ ਵੀਰੇ ਪ੍ਰਚਾਰ ਜਾਰੀ ਰੱਖੋ। ਧੰਨਵਾਦ ਵੀਰ ਮੇਰੇ। ਸੋ ਇਹ ਸਨ ਗੁਰਪ੍ਰੀਤ ਕੋਟਲੀ ਜਿਹੜੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਨੇ ਅਤੇ ਗਿੱਦੜਬਾਹਾ ਹਲਕੇ ਤੋਂ ਚੋਣ ਲੜ ਰਹੇ ਨੇ। ਸਿਆਸੀ ਸਰਗਰਮੀਆਂ ਲਈ ਬਣੇ ਰਹੋ ਖਦਰਾਣਾ ਨਿਊਜ਼ ਦੇ ਨਾਲ।